ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪਹਿਲਾਂ ਪੇਸ਼ ਨਹੀਂ ਹੋਣ ਮੀਆ ਖਬਰਾਂ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਨੇ ਕਰੋਨਾ ਦੀ ਇਸ ਔਖੀ ਕੜੀ ਵਿੱਚ ਲੋਕਾਂ ਨੂੰ ਧੀਰਜ ਬਣਾ ਕੇ ਰੱਖਣ ਦੀ ਅਪੀਲ ਕੀਤੀ। ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਕਸੀਜਨ ਉਤਪਾਦਨ ਵਿੱਚ ਵਾਅਦਾ ਕੀਤਾ ਹੈ। ਕਰੋਨਾ ਹਸਪਤਾਲਾਂ ਦੀ ਗਿਣਤੀ ਵਧਾਉਣ ਅਤੇ ਦਵਾਈਆਂ ਦੇ ਉਤਪਾਦਨ ਵਿੱਚ ਵਾਅਦੇ ਦੀ ਯਤਨ ਜਾਰੀ ਰੱਖੇ ਨਵਿੰਦਰ ਮੋਦੀ ਨੇ ਸੂਬਿਆਂ ਨੂੰ ਲਾਕਡਾਊਨ ਨੂੰ ਆਖਰੀ ਬਦਲ ਦੇ ਰੂਪ ਵਿੱਚ ਰੱਖਣ ਦੀ ਅਪੀਲ ਕੀਤੀ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸਿਹਤ ਸਹੂਲਤਾਂ ਕੋਵਿਡ ਕੇਂਦਰਾਂ ਤੇ ਬਿਸਤਰਿਆਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਡਾਕਟਰ ਹਰਸ਼ ਵਰਧਨ ਨੇ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਅਸਥਾਈ ਹਸਪਤਾਲ ਸਥਾਪਿਤ ਕਰਨ ਦਾ ਅਮਲ ਜਾਰੀ ਹੈ ਸਿਹਤ ਮੰਤਰੀ ਨੇ ਕਰੋਨਾ ਟੀਕਾਕਰਨ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਰੱਖਿਆ ਮੰਤਰੀ ਨੇ ਕੋਵਿਡ-19 ਦੇ ਸੰਕਟ ਦੌਰਾਨ ਰੱਖਿਆ ਵਿਭਾਗ ਕੋਲ ਮੌਜੂਦ ਮੈਡੀਕਲ ਸੈਂਟਰਾਂ ਅਤੇ ਸਹੂਲਤਾਂ ਦੇ ਨਾਲ-ਨਾਲ ਡਾਕਟਰੀ ਸਹਾਇਤਾ ਵੀ ਆਮ ਨਾਗਰਿਕਾਂ ਨੂੰ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਭਲਕੇ ਚੰਡੀਗੜ੍ਹ ਟ੍ਰਾਈ ਸਿਟੀ ਦੇ ਨਾਲ-ਨਾਲ ਮੁਹਾਲੀ ਵਿੱਚ ਵੀ ਮੁਕੰਮਲ ਲਾਕਡਾਊਨ ਰਹੇਗਾ। ਪੰਜਾਬ ਵਿੱਚ ਰਾਤ ਦੇ ਕਰਫਿਊ ਵਿੱਚ ਵਾਧੇ ਸਮੇਤ ਹੋਰ پابندੀਆਂ ਅੱਜ ਤੋਂ ਲਾਗੂ ਜਲੰਧਰ ਪ੍ਰਸ਼ਾਸਨ ਨੇ ਕੋਵਿਡ ਟੀਕਾਕਰਨ ਦੇ ਕੰਮ ਵਿੱਚ ਲਿਆਂਦੀ ਤੇਜ਼ੀ ਤੇ ਪੰਜਾਬ ਵਿੱਚ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਕਿਸਾਨਾਂ ਨੂੰ ਅਦਾਇਗੀ ਦੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਚਾਉਂਦੇ ਕਿਸਾਨਾਂ ਵੱਲੋਂ ਖੁਸ਼ੀ ਜ਼ਾਹਿਰ ਮੋਗਾ ਜ਼ਿਲ੍ਹੇ ਵਿੱਚ ਹੁਣ ਤੱਕ ਕਣਕ ਦੀ ਅਦਾਇਗੀ ਦੇ 25 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਹੋਏ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕਰੋਨਾ ਦੀ ਸੌਕੀ ਘੜੀ ਵਿੱਚ ਧੀਰਜ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ ਅੱਜ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਦਾ ਪੂਰਾ ਅਹਿਸਾਸ ਹੈ ਨਰਿੰਦਰ ਮੋਦੀ ਨੇ ਕਿਹਾ ਕਿ ਕਰੋਨਾ ਦੇ ਟਾਕਰੇ ਲਈ ਆਕਸੀਜਨ ਨੂੰ ਲੈ ਕੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਅਤੇ ਸਰਕਾਰ ਹਸਪਤਾਲਾਂ ਵਿੱਚ ਬਿਸਤਰ ਵਧਾਉਣ ਤੇ ਜ਼ੋਰ ਦੇ ਰਹੀ ਹੈ ਉਹਨਾਂ ਕਿਹਾ ਕਿ ਦੇਸ਼ ਵਿੱਚ ਦਵਾਈਆਂ ਦਾ ਕਈ ਗੁਣਾ ਵੱਧ ਉਤਪਾਦਨ ਹੋ ਰਿਹਾ ਹੈ ਕਰੋਨਾ ਦੇ ਖਿਲਾਫ ਦੇਸ਼ ਆਜ फिर एक बहुत बड़ी लड़ाई लड़ रहा है कुछ सप्ताह पहले तक स्थितियां संभली हुई थी और फिर एक कोरोना की दूसरी वेव तूफान बनकर आ गई जो पीड़ा आपने सही है जो पीड़ा आप सह रहे हैं उसका मुझे पूरा एहसास है जिन लोगों ने बीते दिनों में अपनों को खोया है मैं सभी देशवासियों की तरफ से उनके प्रति संवेदनाएं व्यक्त करता हूं प्रधानमंत्री नरेंद्र मोदी ने कहा कि भारत ने कोरोना वैक्सीन की मंजूरी को फास्ट ट्रैक पर रखा है ਉਨਾ ਕਿਹਾ ਕਿ ਦੁਨੀਆ ਵਿੱਚ ਭਾਰਤ ਦੀ ਵੈਕਸੀਨ ਸਭ ਤੋਂ ਸਸਤੀ ਹੈ ਅਤੇ ਭਾਰਤ ਨੇ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਨਰਿੰਦਰ ਮੋਦੀ ਨੇ ਕਿਹਾ ਹੈ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਫ੍ਰੀ ਟੀਕਾਕਰਨ ਜਾਰੀ ਰਹੇਗਾ। ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਲਾਕਡਾਊਨ ਨੂੰ ਅੰਤਿਮ ਬਦਲ ਦੇ ਰੂਪ ਵਿੱਚ ਇਸਤੇਮਾਲ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਸਿਹਤ ਵੀ ਦੇਖਣੀ ਹੈ ਅਤੇ ਅਰਥਚਾਰੇ ਦੀ ਸਿਹਤ ਵੀ। ਬਹੁਤ ਘੱਟ ਸਮੇਂ ਵਿੱਚ ਦੇਸ਼ ਸਵਾਸਥ्यों ਕੇ ਲਈ वैक्सीन्स विकसित की है आज दुनिया की सबसे सस्ती वैक्सीन भारत में है भारत की कोल्ड चेन व्यवस्था के अनुकूल वैक्सीन हमारे पास है इस प्रयास में हमारे प्राइवेट सेक्टर ने इनोवेशन और एंटरप्राइज की भावना का बेहतरीन प्रदर्शन किया वैक्सीन को लेकर हुए एक और अहम फैसला भी हमने किया है एक मई के बाद से 18 वर्ष के ऊपर के किसी भी व्यक्ति को वैक्सीनेट किया जा सकेगा 45 वर्ष की आयु के ऊपर के व्यक्तियों के लिए केंद्र सरकार का जो वैक्सीन कार्यक्रम चल रहा है वो भी उतनी ही तेजी से जारी रहेगा पहले की तरह ही सरकारी अस्पतालों में मुफ्त वैक्सीन मिलती रहेगी जिसका फायदा जैसा मैंने कहा हमारे गरीब परिवार हो हमारे मध्यम वर्ग निम्न वर्ग के परिवार हो वो उनका लाभ उठा सकेंगे प्रधानमंत्री ने सूबिया अपील की थी कि कामिया का भरोसा जगाई रखे नरेंद्र मोदी ने नौजवानों को अपने पिंड मुहलिया कस्बे कमेटियां बना के लोगों कोरोना बारे जागरूक करने की अपील की थी ताजो कंटेनमेंट जोन बनाने की लोड ही ना पवे आज मैं फिर अपने बाल मित्रों से एक बात विशेष तौर पर कहना चाहता हूँ मेरे बाल मित्र घर में ऐसा माहौल बनाइए कि बिना काम बिना कारण घर के लोग घर से बाहर न निकले आपकी जीत बहुत बड़ा परिणाम ला सकती है प्रचार माध्यमों से भी मेरी प्रार्थना है कि ऐसे संकट की घड़ी में वो लोगों को सतर्क और जागरूक करने के लिए जो प्रयास कर रहे हैं उसे और बढ़ाएं इसके साथ ही इसके लिए भी काम करें कि डर का माहौल कम हो सके, लोग अफवाह और भ्रम में केंद्रीय सेहत मंत्री डॉक्टर हर्षवर्धन ने कहा कि सरकार वालों कोविड मरीजों के इलाज से सहूलता कोविड केन्द्र बिस्तर लगातार वादा किया जा रहा है ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਦਿੱਲੀ ਦੇ ਲੇਡੀ ਹਾਰਡਿੰਗ ਅਤੇ ਸਫਦਰਜੰਗ ਹਸਪਤਾਲ ਵਿੱਚ ਨਵੇਂ ਕੋਵਿਡ ਸੈਂਟਰ ਸਥਾਪਿਤ ਕੀਤੇ ਜਾ ਰਹੇ ਨੇ ਜਿਸ ਨਾਲ ਕੋਵਿਡ ਬਿਸਤਰਿਆਂ ਦੀ ਉਪਲਬਧਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਅਸਥਾਈ ਹਸਪਤਾਲ ਸਥਾਪਿਤ ਕਰਨ ਦਾ ਅਮਲ ਜਾਰੀ ਹੈ। ਡਾਕਟਰ ਹਰਸ਼ ਵਰਧਨ ਨੇ ਦੱਸਿਆ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਜਿਨ੍ਹਾਂ ਮੈਡੀਕਲ ਅਤੇ ਅਰਧ ਮੈਡੀਕਲ ਦੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੀ ਲੋੜ ਹੈ, ਉਹਨਾਂ ਨੂੰ 6-7 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ।

जो हमने एन डी आर एफ वगैरह के लिए पिछले साल एन डी एम ए के लिए पिछले साल डेवलप किए तमिलनाडु में डेवलप किए उत्तर प्रदेश में साहिबाबाद में डेवलप किए मुझे खुद उनको इनाग्रेट करने का मौका मिला और अभी उनके माध्यम से दिल्ली के सफदरजंग अस्पताल में जो खाली स्पेसिस हैं वहाँ पर हम लोग नए टेंपरेरी इस प्रकार के बेड्स की व्यवस्था को बनाने का काम आज शुरू हो गया है लेडी हार्डिंग मेडिकल कॉलेज में आज शुरू हो गया है ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਵਣੀ ਰੱਖਿਆ ਸਕੱਤਰ ਅਤੇ ਡੀਆਰਡੀਓ ਮੁਖੀ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕੋਵਿਡ-19 ਦੇ ਇਸ ਸੰਕਟ ਦੌਰਾਨ ਰੱਖਿਆ ਵਿਭਾਗ ਕੋਲ ਮੌਜੂਦ ਮੈਡੀਕਲ ਸੈਂਟਰਾਂ ਅਤੇ ਸਹੂਲਤਾਂ ਦੇ ਨਾਲ-ਨਾਲ ਡਾਕਟਰੀ ਸਹਾਇਤਾ ਵੀ ਆਮ ਨਾਗਰਿਕਾਂ ਨੂੰ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਰੱਖਿਆ ਮੰਤਰੀ ਨੇ ਫੌਜ ਮੁਖੀ ਨੂੰ ਨਿਰਦੇਸ਼ ਦਿੱਤੇ ਕਿ ਉਹ ਲੋਕਲ ਕਮਾਂਡਰਾਂ ਨੂੰ ਮੁੱਖ ਮੰਤਰੀਆਂ ਤੱਕ ਪਹੁੰਚ ਕਰਕੇ ਕੋਵਿਡ ਦੇ ਇਲਾਜ ਲਈ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕਰਨ। ਇਸ ਤੋਂ ਬਾਅਦ ਰੱਖਿਆ ਅਸਕਰ ਨੇ ਦੇਸ਼ ਦੇ 67 ਕੰਟੋਨਮੈਂਟ ਬੋਰਡ ਹਸਪਤਾਲਾਂ ਨੂੰ ਉਨਾਂ ਤੱਕ ਪਹੁੰਚ ਕਰਨ ਵਾਲੇ ਸਾਰੇ ਸਿਵਲ ਮਰੀਜ਼ਾਂ ਨੂੰ ਵੀ ਮੈਡੀਕਲ ਸੇਵਾਵਾਂ ਦੇਣ ਬਾਰੇ ਹੁਕਮ ਜਾਰੀ ਕੀਤੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਕੋਵਿਡ-19 ਦੇ ਇਲਾਜ ਲਈ ਰੱਖਿਆ ਮੰਤਰਾਲੇ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਤਿੰਨੋਂ ਸੇਵਾਵਾਂ ਦੇ ਮੁਖੀ ਚੀਫ ਆਫ ਡਿਫੈਂਸ ਸਟਾਫ ਜਨਰਲ ਬੀਪਿੰਦਰਾਵਤ ਰੱਖਿਆ ਸਕੱਤਰ ਡੀਆਰਡੀਓ ਚੇਅਰਮੈਨ ਅਤੇ ਆਰਮਡ ਫੋਰਸੇਜ਼ ਮੈਡੀਕਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਵੀ ਮੌਜੂਦ ਸਨ ਚੰਡੀਗੜ੍ਹ ਖੇਤਰ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਕੱਠ ਤੋਂ ਬਚਾ ਲਈ ਟ੍ਰਾਈ ਸਿਟੀ ਦੇ ਬਾਕੀ ਹਿੱਸਿਆਂ ਨਾਲ ਮੁਹਾਲੀ ਵਿੱਚ ਵੀ ਰਾਮ ਨਾਮੀ ਮੋਕੇ ਪਲਕੇ ਮੁਕੰਮਲ ਲਾਕਡਾਊਨ ਰਹੇਗਾ ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਮਿਖਿਆ ਸਭੰਦੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ SLAਕਰ ਵੱਲੋਂ ਮੁਹਾਲੀ ਵਿੱਚ ਲਾਕਡਾਊਨ ਕਰਨ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਸਮੁੱਚੇ ਟ੍ਰਾਈ ਸਿਟੀ ਵਿੱਚ ਲਾਕਡਾਊਨ ਕੀਤਾ ਜਾ ਸਕੇ ਕਿਉਂਕਿ ਮੁਹਾਲੀ ਇਸ ਟ੍ਰਾਈ ਸਿਟੀ ਦਾ ਹਿੱਸਾ ਹੈ ਇਸ ਲਈ ਇੱਥੇ ਵੀ ਲਾਕਡਾਊਨ ਰਹੇਗਾ ਉਹਨਾਂ ਕਿਹਾ ਕਿ ਇਸ ਬਾਰੇ ਲੋੜੀਂਦੇ ਹਦੇਦਿਸ਼ ਜਾਰੀ ਹੋ ਜਾਣਗੇ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਕੋਵਿਡ ਮਾਮਲਿਆਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਅਪੀਲ ਕੀਤੀ ਕਿ ਰਾਮ ਨੌਮੀ ਦੇ ਤਿਉਹਾਰ ਮੌਕੇ ਇਕੱਠ ਅਤੇ ਵੱਡੇ ਜਸ਼ਨਾਂ ਤੋਂ ਸੰਕੋਚ ਕੀਤਾ ਜਾਵੇ ਪੰਜਾਬ ਵਿੱਚ ਕੋਰੋਨਾ ਦੇ ਵਾਧੇ ਦੇ ਮੱਦੇਨਜ਼ਰ ਲਾਈਆਂ ਨਵੀਆਂ ਪਾਬੰਦੀਆਂ ਅੱਜ ਤੋਂ ਲਾਗੂ ਹੋ ਜਾਣਗੀਆਂ। ਹੁਣ ਰਾਤ ਦੇ ਕਰਫਿਊ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਸਿਨੇਮਾ, ਕਾਰਜ ਜਿਮ, ਸਪਾ, ਕੋਚਿੰਗ ਸੈਂਟਰ, ਅਧਿਖੇੜ ਕੰਪਲੈਕਸ 30 ਅਪ੍ਰੈਲ ਤੱਕ ਬੰਦ ਰਹਿਣਗੇ। ਐਤਵਾਰ ਨੂੰ ਬਾਜ਼ਾਰ ਤੇ ਸ਼ੋਪਿੰਗ ਮਾਲ ਤੇ ਦੁਕਾਨਾਂ ਬੰਦ ਰਹਿਣਗੀਆਂ। ਸੋਮਵਾਰ ਤੋਂ ਸ਼ਨੀਵਾਰ ਤੱਕ ਰੈਸਟੋਰੈਂਟ ਤੇ ਹੋਟਲ ਕੇਵਲ ਪੈਕ ਖਾਣਾ ਤੇ ਹੋਮ ਡਿਲੀਵਰੀ ਲਈ ਖੁੱਲੇ ਰਹਿਣਗੇ। ਪੰਜਾਬ ਸਰਕਾਰ ਨੇ ਪ੍ਰਾਈਵੇਟ ਲੈਬਾਰਟਰੀਆਂ ਵਿੱਚ ਆਰਟੀਪੀਸੀਆਰ ਟੈਸਟ ਦੀ ਫੀਸ ਨੂੰ 450 ਦੀ ਫੀਸ 300 ਰੁਪਏ ਨਿਸ਼ਚਿਤ ਕੀਤੀ ਹੈ ਕਾਰਤੂ ਸੈਂਪਲ ਦੇਣ ਵਾਲਿਆਂ ਨੂੰ ਵਾਧੂ ਖਰਚਾ ਦੇਣਾ ਹੋਵੇਗਾ ਮੁੱਖ ਮੰਤਰੀ ਨੇ ਪੁਲਿਸ ਵਿਭਾਗ ਨੂੰ ਇਹਨਾਂ پابੰਦੀਆਂ ਨੂੰ ਲਾਗੂ ਕਰਵਾਉਣ ਲਈ ਹੁਕਮ ਦਿੱਤੇ ਨੇ ਦੇਸ਼ ਵਿੱਚ ਫਿਰ ਤੋਂ ਤੇਜ਼ੀ ਨਾਲ ਫੈਲ ਰਹੀ ਕਰੋਨਾ ਬਿਮਾਰੀ ਨੂੰ ਠੱਲ ਪਾਉਣ ਲਈ ਜ਼ਿਲंधर ਪ੍ਰਸ਼ਾਸਨ ਵੱਲੋਂ ਟੀਕਾ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਜ਼ਿਲंधर ਵਿੱਚ ਹੁਣ ਤੱਕ 54 ਪ੍ਰਾਈਵੇਟ ਕੇਂਦਰਾਂ ਤੇ 240 ਦੇ ਕਰੀਬ ਸਰਕਾਰੀ ਸੈਂਟਰਾਂ ਸਮੇਤ ਵੱਖ-ਵੱਖ ਕੈਂਪਾਂ ਦੀ ਮਦਦ ਨਾਲ ਹੁਣ ਤੱਕ 3 ਲੱਖ ਦੇ ਕਰੀਬ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਜ਼ਿਲंधर ਦੇ ਡਿਪਟੀ ਕਮਿਸ਼ਨਰ ਕਾਂਸ਼ਿਆਪ ਥੋੜੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਹੈ ਕਿ ਵਾਪਤਵੱਦ ਲੋਕ ਆਪਣਾ ਟੀਕਾਕਰਨ ਕਰਵਾ ਕੇ ਬੰਦੀ ਸਮਾਜਿਕ ਜ਼ਿੰਮੇਵਾਰੀ ਨੂੰ ਪੂਰਾ ਕਰਨ। ਉਹਨਾਂ ਸਿਆਸੀ ਟਿਕਾ ਕਰਨ ਮਹਿੰਮ ਵਿੱਚ ਤੇਜ਼ੀ ਲਿਆਉਣ ਲਈ ਪ੍ਰਸ਼ਾਸਨ ਵੱਲੋਂ 33 ਮੋਬਾਈਲ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ ਜਿਹੜੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਲੋਕਾਂ ਤੱਕ ਕੈਂਪਾਂ ਦੇ ਰਾਹੀਂ ਪਹੁੰਚ ਕਰ ਰਹੀਆਂ ਨੇ ਤਾਂ ਵੈਕਸੀਨੇਸ਼ਨ ਨੂੰ ਲੈ ਕੇ ਜਲੰਧਰ ਦੇ ਵਿੱਚ ਤਕਰੀਬਨ 250 ਲੋਕੇਸ਼ਨਾਂ ਦੇ ਵਿੱਚ ਵੈਕਸੀਨੇਸ਼ਨ ਚੱਲ ਰਹੀ ਹੈ ਗਵਰਨਮੈਂਟ ਦੇ ਵਿੱਚ ਐਂਡ ਤਕਰੀਬਨ 50 ਪ੍ਰਾਈਵੇਟ ਸਾਈਟਸ ਤੇ ਤੋ ਕੁੱਲ ਮਿਲਾ ਕੇ ਅਸੀਂ ਡੇਲੀ 300 ਸਾਈਟਸ ਤੇ ਲਗਭਗ 30 ਹਜ਼ਾਰ ਜਿਹੜੀ ਹੈਗੀ ਵੈਕਸੀਨੇਸ਼ਨ ਡੇਲੀ ਦੀ ਕੈਪੈਸਿਟੀ ਰੱਖਦੇ ਹਾਂ ਤੇ ਜਿਹੜਾ ਸਾਡਾ ਪ੍ਰੋਗਰੈਸ ਆ ਰਿਹਾ ਉਹ 12-13 ਹਜ਼ਾਰ ਡੇਲੀ ਆ ਰਿਹਾ ਇਸੋ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਹਾਂ ਖਾਸ ਕਰ 45 ਪਲੱਸ ਜਿਹੜੀ ਵੀ ਆਬਾਦੀ ਜਲੰਧਰ ਦੀ ਨਿਵਾਸੀ ਇਸ ਮਾਧਿਅਮ ਨਾਲ ਮੈਨੂੰ ਸੁਣ ਰਹੇ ਹੋਣ ਉਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਅੱਗੇ ਆ ਕੇ ਜ਼ਰੂਰ ਆਪਣੇ ਆਪ ਨੂੰ ਵੈਕਸੀਨੇਟ ਕਰਾ ਲਓ ਕਿਉਂਕਿ ਕੇਸਸ ਵਧ ਰਹੇ ਨੇ ਐਂਡ ਵੈਕਸੀਨੇਸ਼ਨ ਹੀ ਇਹਦਾ ਸੋਲਿਊਸ਼ਨ ਹੈ ਮੋਬਾਈਲ ਕੈਂਪਾਂ ਦੀ ਲੜੀ ਤਹਿਤ ਜਲੰਧਰ ਦੀ ਜ਼ਿਲ੍ਹਾ ਪਾਰ ਐਸੋਸੀਏਸ਼ਨ ਵੱਲੋਂ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਕੈਂਪ ਦੌਰਾਨ ਜਲੰਧਰ ਦੇ ਵਕੀਲਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਟੀਕਾਕਰਨ ਕਰਵਾ ਕੇ ਇਸ ਕੈਂਪ ਦਾ ਲਾਹਾ ਲਿਆ ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਲਿੱਦੜ ਨੇ ਜਨ ਜਨ ਤੱਕ ਪਹੁੰਚ ਕਰਕੇ ਮੁਫਤ ਟੀਕਾਕਰਨ ਲਈ ਮੋਦੀ ਦੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਰੋਜ਼ ਹੀ ਰੋਜ਼ ਆਪਾਂ ਦੇਖਦੇ ਆਂ ਇੰਡੀਆ ਦੇ ਵਿੱਚ ਕੋਵਿਡ ਦੇ ਕੇਸ ਵੱਧ ਰਿਹਾ ਔਰ ਬਾਰ-ਬਾਰ ਸਾਨੂੰ ਹੈਲਥ ਡਿਪਾਰਟਮੈਂਟ ਵੱਲੋਂ ਇਹੀ ਇਨਸਟਰਕਸ਼ਨ ਆ ਰਹੇ ਆਂ ਤੁਸੀਂ ਵੈਕਸੀਨੇਸ਼ਨ ਕਰਾਓ ਬਦ ਤੋਂ ਬਾਦ ਇੰਜੈਕਸ਼ਨ ਲਵਾਓ ਸਰਕਾਰ ਨੇ ਸੈਂਟਰ ਗਵਰਨਮੈਂਟ ਦੀ ਇਹ ਪਾਲਿਸੀ ਆ ਵੀ ਥਾਂ ਥਾਂ ਜਾ ਕੇ ਹਰ ਇੱਕ ਜਗ੍ਹਾ ਜਾ ਕੇ ਜਿੱਥੇ 50 ਜਾਂ 50 ਤੋਂ ਜ਼ਿਆਦਾ ਬੰਦੇ ਇਕੱਠੇ ਹੋ ਕੇ ਲਵਾ ਸਕਦੇ ਆ ਉੱਥੇ ਕੈਂਪ ਲਾ ਕੇ ਟੀਕਾ ਕਰਨ ਨੂੰ ਲੈ ਕੇ ਇੱਕ ਲੋਕਾਂ ਵਿੱਚ ਫੈਲੀ ਖਦਸ਼ੀਆਂ ਨੂੰ ਦੂਰ ਕਰਨ ਦੇ ਮੰਤਰ ਨਾਲ ਮੁੱਖ ਟੀਕਾਕਰਨ ਅਫਸਰ ਡਾਕਟਰ ਰਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਹੁਣ ਤੱਕ ਕੋਈ ਟੀਕਾਕਰਨ ਦੌਰਾਨ ਜਲੰਧਰ ਵਿੱਚ ਕਿਸੇ ਵੀ ਤਰ੍ਹਾਂ ਕੋਈ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਹੈ। ਉਹਨਾਂ ਦੱਸਿਆ ਕਿ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਦੇ 14 ਦਿਨ ਬਾਅਦ ਹੀ ਸਰੀਰ ਵਿੱਚ ਇਸ ਬਿਮਾਰੀ ਨਾਲ ਲੜਨ ਲਈ ਐਂਟੀਬਾਡੀ ਪੈਦਾ ਹੁੰਦੇ ਨੇ ਜਿਹੜੇ ਟੀਕਾ ਲਗਾਉਣ ਵਾਲੇ ਦਾ ਇਸ ਬਿਮਾਰੀ ਤੋਂ ਬਚਾਅ ਕਰਦੇ ਨੇ। ਕਈ ਲੋਕਾਂ ਵਿੱਚ ਧਾਰਨਾ ਇਹ ਆਮ ਤੌਰ ਤੇ ਦੇਖਣ ਚਾਹੀ ਹੈ ਕਿ ਟੀਕੇ ਦਾ ਕੋਈ ਫਾਇਦਾ ਨਹੀਂ ਹੈ। ਜਾ ਟੀਕੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਈਡ ਇਫੈਕਟਸ ਆ ਰਹੇ ਹਨ ਸੋ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈ ਕਿਸੇ ਵੀ ਵਿਅਕਤੀ ਨੂੰ ਜਦੋਂ ਟੀਕਾ ਲੱਗਦਾ ਹੈ ਉਸ ਤੋਂ ਦੂਸਰਾ ਟੀਕਾ ਲੱਗਣ ਤੋਂ 2 ਹਫ਼ਤੇ ਬਾਅਦ ਤੱਕ ਉਸ ਦੇ ਸਰੀਰ ਵਿੱਚ ਐਂਟੀਬਾਡੀਜ਼ ਬਣ ਜਾਂਦੀਆਂ ਹਨ ਜਿਸ ਨਾਲ ਕਿ ਤੁਸੀਂ ਕਰੋਨਾ ਤੋਂ ਕਰੋਨਾ ਦੀ ਬਿਮਾਰੀ ਤੋਂ ਪੂਰੀ ਤਰ੍ਹਾਂ ਬਚ ਸਕਦੇ ਹੋ ਇਸ ਦਾ ਮਤਲਬ ਇਹ ਨਹੀਂ ਹੈ ਇਸ ਦੌਰਾਨ ਭਾਰਤ ਸਰਕਾਰ ਦੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਅਧੀਨ ਖੇਤਰੀ ਆਊਟਰੀਚ ਬਿਊਰੋ ਦਫ਼ਤਰ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੂਰਦਰਸ਼ਨ ਕੇਂਦਰ ਜਲੰਧਰ ਅਤੇ ਆਕਾਸ਼ਵਾਣੀ ਕੇਂਦਰ ਵਿੱਚ ਟੀਕਾਕਰਨ ਕੈਂਪ ਲਗਾਏ ਗਏ ਜਿਸ ਦੌਰਾਨ ਕੋਈ 90 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਪੰਜਾਬ ਵਿੱਚ ਹੁਣ ਕਿਸਾਨਾਂ ਨੂੰ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਜਿੰਸ ਦੀ ਖਰੀਦ ਮਗਰੋਂ ਅਦਾਇਗੀ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਪ੍ਰਾਪਤ ਹੋ ਰਹੀ ਹੈ ਜਿਸ ਉਤੇ ਕਿਸਾਨ ਕਾਫੀ ਖੁਸ਼ ਨੇ ਪ੍ਰਸਾਰ ਪਾਰਟੀ ਦੇ ਮੋਹਾਲੀ ਸਥਿਤ ਨੁਮਾਇੰਦੇ ਨੇ ਦੱਸਿਆ ਕਿ ਕਿਸਾਨਾਂ ਨੇ ਖਾਸ ਕਰਕੇ ਭਾਰਤੀ ਖੁਰਾਕ ਨਿਗਮ FCI ਵੱਲੋਂ DBT ਰਾਹੀਂ ਉਹਨਾਂ ਦੇ ਖਾਤੇ ਵਿੱਚ ਪੈਸੇ ਪਾਉਣ ਦੀ ਸ਼ਲਾਘਾ ਕੀਤੀ ਮੋਹਾਲੀ ਜ਼ਿਲ੍ਹੇ ਦੇ ਮਨੋਲੀ ਪਿੰਡ ਦੇ ਕਿਸਾਨ ਨਿਰਮਲ ਸਿੰਘ ਅਤੇ ਬੀਬੀਪੁਰ ਪਿੰਡ ਦੇ ਕਿਸਾਨ ਰਣਬੀਰ ਸਿੰਘ ਨੇ DBT ਰਾਹੀਂ DBT ਰਾਹੀਂ ਅਦਾਇਗੀ ਨੂੰ ਕਿਸਾਨਾਂ ਲਈ ਬਹੁਤ ਲਾਹੇਵੰਦ ਦੱਸਿਆ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ 72 ਘੰਟਿਆਂ ਦੇ ਅੰਦਰ ਅੰਦਰ ਕਣਕ ਦੀ ਖਰੀਦੀ ਅਦਾਇਗੀ ਹੋ ਗਈ ਹੈ ਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਆਉਟ ਦੇ ਨਾਲ ਨਾਲ ਫੋਨ ਤੇ ਮੈਸੇਜ ਵੀ ਪ੍ਰਾਪਤ ਹੋ ਗਿਆ ਹੈ ਇਹਨਾਂ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜਿੰਸੀ ਅਦਾਇਗੀ ਡੀਬੀਟੀ ਰਾਹੀਂ ਸ਼ੁਰੂ ਕਰਨ ਲਈ ਧੰਨਵਾਦ ਕੀਤਾ ਹੈ ਤੇ ਇਸ ਦਿਨਾਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ